ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਸੀਗੇ, ਤੁਹਾਡੀ ਜਿਵੇਂ ਆਉਂਦੇ ਸੀਗੇ ਵੀ ਹੋਲੈਂਡ ਬਾਰੇ ਦੱਸੋ ਵੀ ਇਹਦੇ ਵਿੱਚ ਵੀ ਕੀ ਆਪਾਂ ਮਿਊਜ਼ਿਕ ਦੇ ਅਕੋਰਡਿੰਗ 75 ਰੁਪਏ ਕਿਲੋ ਲੋਹਾ ਆਪਾਂ ਨੂੰ ਪਿਆ ਸੀ ਇਹ ਵਾਲਾ। ਹੁਣ ਆਉਂਦੇ ਹਾਂ ਆਪਾਂ ਮੇਨ ਮੋਡੀਫਿਕੇਸ਼ਨ। ਇਹ ਇੱਕ ਬੂਫਰ ਨੂੰ ਇੱਕ ਮੋਨੋ ਰਨ ਕਰਦੀ ਆ, ਇਹ ਕਿਸਮ ਦਾ ਵੀ ਉਹਨਾਂ ਨੇ ਆਪਾਂ ਨੂੰ ਇਹ ਗਿਫਟ ਹੀ ਤਿਆਰ ਕਰਕੇ ਦਿੱਤਾ ਆ ਭਰਾ ਨੇ। ਹਾਂਜੀ ਮਿੱਤਰੋ, ਵੈਲਕਮ ਹੈ ਜੀ ਨਿਊ ਵਲੌਗ ਦੇ ਵਿੱਚ, ਅਤੇ ਉਮੀਦ ਕਰਦਾ ਵੀ ਸਾਰੇ ਸੱਜਣ ਮਿੱਤਰ ਠੀਕ ਠਾਕ ਹੋਊਗੇ। ਅਤੇ ਮਿੱਤਰੋ, ਬਹੁਤ ਭਰਾਵਾਂ ਦੇ ਮੈਸੇਜ ਆਉਂਦੇ ਸੀਗੇ, ਤੁਹਾਡੀ ਜਿਵੇਂ ਆਉਂਦੇ ਸੀਗੇ ਵੀ ਹੋਲੈਂਡ ਬਾਰੇ ਦੱਸੋ ਵੀ ਇਹਦੇ ਵਿੱਚ ਵੀ ਕੀ ਆਪਾਂ ਮਿਊਜ਼ਿਕ ਦੇ ਅਕੋਰਡਿੰਗ ਵੀ ਕੀ ਐਕਸੈਸਰੀ ਲੱਗੀ ਆ, ਵੀ ਕਿਹੜਾ ਕਿਹੜੇ ਆਪਣਾ ਇਹਨੂੰ ਜੋ ਐਕਸੈਸਰੀ ਲੱਗੀ ਆ। ਅਤੇ ਅੱਜ ਆਪਾਂ ਤੁਹਾਨੂੰ ਸਾਰਿਆਂ ਨੂੰ ਹੈ ਨਾ ਦੱਸਦੇ ਹਾਂ ਵੀ ਪੂਰੀ ਡਿਟੇਲ ਦਿੰਦੇ ਹਾਂ ਵੀ ਆਪਾਂ ਕਿੱਥੋਂ ਸਿਸਟਮ ਲਵਾਇਆ, ਤਾਂ ਕਿਹੜਾ ਕਿਹੜਾ ਸਿਸਟਮ ਲੱਗਾਇਆ, ਤਾਂ ਕਿੰਨੀ ਉਹਦੀ ਕੋਸਟ ਆਈ ਆ ਆਪਾਂ ਨੂੰ ਸਾਰੀ, ਤਾਂ ਹੋਰ ਆਪਾਂ ਜਿਹੜੀਆਂ ਇਹਦੇ ਵਿੱਚ ਚੀਜ਼ਾਂ ਮੋਡੀਫਿਕੇਸ਼ਨ ਕਰਾਈਆਂ ਆ, ਅਤੇ ਵੀ ਉਹ 'ਤੇ ਕੀ ਆਪਣਾ ਖਰਚਾ ਕਿ ਜਾਂ ਆਪਾਂ ਜੋ ਮੋਡੀਫਿਕੇਸ਼ਨ ਕਰਾਈ ਆ, ਆਪਾਂ ਸਾਰਾ ਕੁਝ ਤੁਹਾਨੂੰ ਫੁੱਲ ਡਿਟੇਲ ਦੇ ਵਿੱਚ ਆਪਾਂ ਤੁਹਾਨੂੰ ਅੱਜ ਦੱਸਦੇ ਹਾਂ ਜੀ। ਮਿੱਤਰੋ, ਬਾਕੀ ਹੈ ਨਾ ਆਪਾਂ ਸਟਾਰਟਿੰਗ ਕਰਦੇ ਹਾਂ, ਸਭ ਤੋਂ ਪਹਿਲਾਂ ਬੰਪਰ ਤੋਂ ਕਰਦੇ ਹਾਂ ਨਾ। ਅਤੇ ਆਪਾਂ ਇਹਨੂੰ ਲਵਾਇਆ 4 ਕੁਇੰਟਲ ਦੇ ਤਕਰੀਬਨ ਆ ਆਪਣਾ ਬੰਪਰ ਆ ਜਿਹੜਾ ਇਹਨੂੰ ਲੱਗਾ ਆ, ਅਤੇ 2 ਇੰਚੀ ਦੇ ਵਿੱਚ ਇਹ ਆਪਾਂ ਬਣਵਾਇਆ ਸੀਗਾ। ਅਤੇ ਤਕਰੀਬਨ ਇਹ ਦੇਖ ਲਓ ਵੀ ਇਹ ਪੂਰਾ ਫੁੱਲ ਹੈਵੀ ਆ, ਇਹ ਥੱਲਿਓਂ ਵੀ ਸਾਰਾ ਐਨ ਪੂਰਾ ਬੰਦ ਆ ਇਹ ਆਪਾਂ ਹੈ ਨਾ ਜਦੋਂ ਬੰਪਰ ਲਿਆ ਸੀਗਾ ਉਸ ਵੇਲੇ ਆਪਾਂ ਨੂੰ ਲੋਹਾ ਇਹ 75 ਰੁਪਏ ਕਿਲੋ ਲੋਹਾ ਆਪਾਂ ਨੂੰ ਪਿਆ ਸੀ ਇਹ ਵਾਲਾ। ਤਾਂ ਤੁਸੀਂ ਦੇਖ ਲਓ ਵੀ 4 ਕੁਇੰਟਲ 75 ਦੇ ਹਿਸਾਬ ਦੇ ਨਾਲ ਵੀ 30-32 ਹਜ਼ਾਰ ਦੇ ਤਕਰੀਬਨ ਤਾਂ ਲੋਹਾ ਹੀ ਬਣਦਾ ਆ ਇਹਦਾ ਹੈ ਨਾ। ਅਤੇ ਨੰਬਰ 2 ਜਿਹਨੂੰ ਰੰਗ ਰੁੰਗ ਕਰਾਇਆ, ਜੋ ਮਿਹਨਤ ਪਾ ਕੇ ਜੋ ਉਸ ਵੇਲੇ ਆ, ਤਾਂ ਇਹ ਆਪਾਂ ਨੂੰ ਤਕਰੀਬਨ 50 ਕੁ ਦੇ ਕਰੀਬ ਆਪਾਂ ਨੂੰ ਬੰਪਰ ਇਹ ਪੈ ਗਿਆ ਸੀ। ਬਾਕੀ ਮਿੱਤਰੋ, ਜਿਹੜੀ ਹੈ ਨਾ ਮੋਰਲੀ ਆਪਣੀ ਆਹ ਪਲੇਟ ਆ ਨਾ ਫਰੰਟ ਵਾਲੀ ਆ, ਇਹਦਾ ਇਕੱਲੀ ਦੇ ਵਜਨ 96 ਕਿਲੋ ਸੀਗਾ ਆਹ ਪਲੇਟ ਦਾ, ਠੀਕ ਹੈ ਨਾ ਜੀ। ਅਤੇ 94-94 ਕਿਲੋ ਦੀਆਂ ਸੈੱਡਾਂ ਵਾਲੀਆਂ ਜਿਹੜੀਆਂ ਲਰਾਂ ਆ ਇਹ ਸੀਗੀਆਂ ਇਹਦੀਆਂ, 94 ਦੀ ਇੱਧਰ ਹੀ 94 ਆ। ਬਾਕੀ ਰਲਾ ਮਿਲਾ ਕੇ ਸਾਰਾ ਹੀ ਇਹ 4 ਕੁਇੰਟਲ ਦੇ ਤਕਰੀਬਨ 2 ਕੁ ਕਿਲੋ ਘੱਟ, ਤਕਰੀਬਨ ਜਾਣੀ ਕਿ 3.98 ਕੇ ਦਾ ਵਜਨ ਬਣਿਆ ਸੀਗਾ ਹੈ ਨਾ ਸਾਰਾ ਹੀ। ਅਤੇ 2K ਦਾ ਆਪਾਂ ਇਹਨੂੰ ਪੇਂਟ ਕਰਾਇਆ ਸੀਗਾ। ਅਤੇ ਬਾਕੀ ਜਦੋਂ ਆਪਾਂ ਇਹ ਬੰਪਰ ਬਣਾਇਆ ਸੀਗਾ ਹੈ ਨਾ, ਜਿਹੜੀ ਆਹ ਮੋਰਲੀ ਆਹ ਇਹਨੂੰ ਆਹ ਫੋਲਡ ਕੀਤਾ ਹੈ ਨਾ, ਮੋਹਰਿਓਂ ਅੱਗੇ ਬੈਂਡ ਦਿੱਤਾ ਆ, ਇਹ ਉਦੋਂ 2 ਇੰਚੀ ਦੇ ਵਿੱਚ ਪ੍ਰੈੱਸ ਦੇ ਉੱਤੇ ਮੁੜਦਾ ਨਹੀਂ ਸੀ ਬੰਪਰ। ਤਾਂ ਇਹ ਆਪਾਂ ਸਪੈਸ਼ਲੀ ਇੱਥੇ ਆ ਆਪਣੇ ਜਮਸ਼ੇਰ ਦੇ ਲਾਗੇ, ਉੱਥੇ ਆਪਣੇ ਭਾਜੀ ਹੁਣੀ ਆ, ਤਾਂ ਉਹਨਾਂ ਨੇ ਗਰਮ ਕਰਕੇ ਮੋੜੀ ਸੀ ਇਹ ਵਾਲੀ ਜਿਹੜੀ ਆਪਣੀ ਮੋਰਲੀ ਆਹ ਫਰੰਟ ਆ ਲਾਰਿਆ। ਅਤੇ ਤਕਰੀਬਨ ਇਹ ਆਪਾਂ ਨੂੰ 30 ਦਿਨ ਮਿਲਿਆ ਸੀ ਮੋਰਲਾ ਹਿੱਸਾ ਹੀ ਕਰਕੇ, ਉਹ ਗਰਮ ਕਰਦੇ ਸੀਗੇ ਇੱਕ ਸਾਈਡ ਮੋੜਦੇ ਸੀਗੇ। ਤਾਂ ਹੁਣ ਤਾਂ ਤਕਰੀਬਨ ਪ੍ਰੈੱਸਾਂ ਆ ਗਈਆਂ ਆ, ਹੁਣ 2 ਇੰਚੀ ਤੱਕ ਇਹ ਫੋਲਡ ਹੋਈ ਜਾਂਦਾ ਮੁੜ ਜਾਂਦਾ। ਉਦੋਂ 3500 ਰੁਪਈਆ ਆਪਾਂ ਇਹਦਾ ਇਕੱਲਾ ਇਹਨੂੰ ਮੋੜਨ ਦਾ ਹੀ ਦਿੱਤਾ ਸੀ ਉਹਨਾਂ ਨੂੰ ਬੰਪਰ ਦਾ, ਠੀਕ ਹੈ ਨਾ ਜੀ। ਅਤੇ ਬਾਕੀ ਰੰਗ ਤਕਰੀਬਨ ਇਹਨੂੰ ਉਹੀ 4 ਕੁ ਹਜ਼ਾਰ ਦਾ ਰੰਗ ਹੋਇਆ ਸੀ, ਅਤੇ ਕੁੰਡੇ ਲੱਗੇ ਸੀਗੇ ਤਾਂ ਹੈਵੀ ਕਰਕੇ 5-6 ਹਜ਼ਾਰ ਇਹ 'ਤੇ ਮਿਹਨਤ ਆ ਗਈ ਸੀਗੀ ਬੰਪਰ ਦੇ ਉੱਤੇ। ਤਾਂ ਆਹ ਤਾਂ ਨੋਰਮਲੀ ਆਪਣੇ ਪਤਾ ਹੀ ਆ ਵੀ ਸਾਰਿਆਂ ਦੇ ਰੂਟਸ ਦੇ ਹੋਰਨ ਇਹ ਤਾਂ ਆਪਣੇ ਸਾਰੇ ਭਰਾਵਾਂ ਨੇ ਲਾਏ ਹੀ ਆ, ਠੀਕ ਹੈ ਨਾ ਜੀ। ਤਾਂ ਅਲੈਟਾਂ ਵੀ ਨੋਰਮਲ ਹੁਣ ਸਾਰੇ ਭਰਾ ਲਾਈ ਫਿਰਦੇ ਆ। ਮਿੱਤਰੋ, ਇੱਕ ਆਪਾਂ ਇਹਨੂੰ ਆਹ ਲਾਈਟਾਂ ਕਸਟਮ ਕਰਾਈਆਂ ਸੀਗੀਆਂ, ਅਤੇ ਇਹ ਆਪਾਂ ਹੈ ਨਾ 56-30 ਵਾਲੀਆਂ ਲਾਈਟਾਂ ਲੈ ਕੇ, ਉਹਦੇ ਵਿੱਚ ਇਹਨੂੰ ਮਿੰਨੀ ਬੁਲਟ ਵਾਲੀ ਲਾਈਟ ਕਹਿ ਦਿੰਦੇ ਆ, ਇਹ ਆਪਾਂ ਲੈ ਕੇ ਆਪ ਇਹਦੇ ਵਿੱਚ ਪਾਈਆਂ ਸੀਗੀਆਂ। ਤਾਂ ਤਕਰੀਬਨ ਇਹਦਾ ਖਰਚਾ ਉਦੋਂ ਤਕਰੀਬਨ 2500 ਦੇ ਤਕਰੀਬਨ ਲਾਈਟਾਂ ਆਈਆਂ ਸੀਗੀਆਂ ਆਪਾਂ ਨੂੰ ਕੰਪਨੀ ਦੇ ਵਿੱਚੋਂ ਆਹ 50-30 ਵਾਲੀਆਂ, ਤਾਂ ਤਕਰੀਬਨ 16-17 ਸੌ ਦੇ ਲਾਗੇ ਆਹ ਲਾਈਟ ਮਿਲੀ ਸੀ ਆਪਾਂ ਨੂੰ, ਜਾਣੀ ਕਿ ਰਲਾ ਮਿਲਾ ਕੇ 7-7.5 ਹਜ਼ਾਰ ਇਹਦੇ ਉੱਤੇ ਆਪਣਾ ਖਰਚਾ ਆ ਗਿਆ ਸੀਗਾ ਲਾਈਟਾਂ ਦੇ ਉੱਤੇ ਇਹਨਾਂ ਦੇ ਉੱਤੇ। ਅਤੇ ਇੱਕ ਆਪਾਂ ਫਿਰ ਕੀਤਾ ਆ ਸਲਾਂਸਰ, ਇਹ ਤਕਰੀਬਨ ਨੋਰਮਲ ਮੇਰੇ ਹਿਸਾਬ ਨਾਲ ਭਰਾ ਦੇ ਕਿਸੇ ਕੋਲ ਹੋਣਾ ਨਹੀਂ ਹੈਗਾ, ਇਹ 6.5 ਇੰਚੀ ਦੇ ਵਿੱਚ ਆ ਸਲਾਂਸਰ ਇਹ, ਤਾਂ ਇਹ ਫੁੱਲ ਹੈਵੀ ਦੇ ਵਿੱਚ ਆ ਸਲਾਂਸਰ। ਤਾਂ ਇਹਦੇ ਵਿੱਚ ਜਿਹੜਾ ਇੱਕ ਸਲਾਂਸਰ ਹੋ ਰਿਹਾ ਉਹ ਇਹਦੇ ਆਪਾਂ ਡਬਲ ਪਾ ਆ ਵੀ ਇਹਦਾ ਕਰੋਮ ਨਾ ਖਰਾਬ ਹੋਵੇ, ਠੀਕ ਹੈ ਜੀ। ਅਤੇ ਜਿਹੜਾ ਆਪਾਂ ਨੂੰ ਬਾਹਰਲਾ ਹੀ ਆ ਜਿਹੜਾ ਇਹਦਾ ਆਇਆ ਸੀਗਾ ਪਾਈਪ ਉੱਪਰਲਾ 6.5 ਇੰਚੀ 'ਚ ਆਇਆ, ਤਾਂ ਇਹ ਤਕਰੀਬਨ ਆਪਾਂ ਨੂੰ 72 ਕੁ ਸੌ ਰੁਪਈਏ ਦਾ ਆਪਾਂ ਨੂੰ ਇਹ ਮਿਲਿਆ ਸੀਗਾ। ਅਤੇ
3504 हजार रुपये का ये बिच सलांसर जिहड़ा बिच एक डबल किया करके रला मिला के आप 12-12.5 हजार का सलांसर यह पिया आप तैयार करके इन्हे का पिया आप आप रेडी किया। बाकी मित्रों आ तो हूँ अपने सारे भरा टायर पौधे ही आ ये सारे सज्जन बेलियां पता ही है ये आप पवाए आ BKT के ये 2 फुटे टायर इन्हू कह देंगे फुल साइज के बच्चे ही आ ये तकरीबन हुण हुणे ही आ उदों तो आपां पए सी 38,000 दे तां हुण हुणे आ ये 40-42,000 दे तकरीबन हुणे आ ये बिना स्पेसरां तों ही आ सीधे डायरैक्ट ही आ ये पैंदे तां हुण तां तकरीबन सारे भरा पौधे ही ये आ किसे वीर दे आ वी जिहने स्पेसरां सणे फिट कीते होउगे तां बाकी हुण आपां जिहड़ी मेन हुण मॉडिफिकेशन आ लाउंदे जिहड़ी आपां हुण इहदे विच कराई आ इक तां आपां हुण इहनूं टायर इहदे जिहड़े आ ना आपां टायरां दा साइज़ खोलिया काफ़ी ज़्यादा हुण आपां इहनूं 21-22 इंच इहनूं रैम करता आपां नॉर्मली अपने 15.5-16 इंच ही रैम आ अपने होलैंड का हुंदा अपने नॉर्मल ट्रैक्टरां दा वध तों वध इन्ना ही आउंदा आ 16-28 दे विच जिहड़े आ ते आपां हुण 21 इंच कीता आ इहदे नाल इहदा टायर पूरा ऐन बल्की जिहा खुल के लगदा इह जिहड़े टायर आ ना आपां इहनूं अलायंस दे पाए आ रेडियल टायर इह ज़्यादा हुण सब तों अपने रेडियल दे विच इही टायर बेस्ट आ सब तों ज़्यादा पहलां आपां इहनूं गुडियर दे पवाए सीगे गुडियर के टायर थोड़े नरम ज्यादा से जो है ना आप ट्राली ट्रूली तो पौधे थे ट्रैक्टर पिछों ज्यादा जाने के हेल्दा या बहुत रहा सगा तो यह टायर मैं बहुत वधिया लगे अलायंस के ये है एग्री स्टार अलायंस के टायर इदा आ ना जो आप 13-14 pounds हवा रखते हैं तो यह टायर बहाई में जाने के ऐन पूरे जम के चलते स्लिप नहीं कढ़ते तो जो ये आप 20-22-25 pounds हवा कर ली आता यह अपने नॉर्मल टायर वागू हो जाते भी जाने के ट्राली के उत्ते अपन झटका नहीं देंगे है टायर ये वाले एक इन्हों का ग्रिप बहुत आदा ट्रैक्टर से जान होगी तो ट्रैक्टर स्लिप कढ़ूगा ये टायर के नाल नहीं तो छेती स्लिप नहीं निकलने देंगे तो दो आप ये प्लेटा पाई 55 kilo की एक प्लेट आ ये तो तकरीबन 1 quintal 10 kilo यह बनता वजन इधर ला दे 1 quintal 10 kilo उधर लाया तो 240 तो जाने के पिछे अपने ट्रैक्टर के उत्ते चलो आह तो पेटी आप ला दी दी आ पिछली तो आप ला दी दी आ क्वांटल 1.25 quintal आह वेट होना आ जाने कि 3.5 quintal अपने पिछे टायर के उत्ते भार वजन रहा ही आ ट्रैक्टर के उत्ते जाने के नॉर्मल ट्रैक्टर के नालों जाने के दे लो भी 3-4 quintal पिछे तो 4 quintal मूहरे जाने के 7-8 quintal अपने ट्रैक्टर के एक्सट्रा वजन आ ये उत्ते पाया आप। बाकी मित्रों हुण आउंदे आ आपां मेन मॉडिफिकेशन जिहड़ी आपां म्यूजिक दे विच अपने बहुत भरावां दा मैसेज आउंदे सीगे है ना भरावां दे भई भाजी भई दसो भी इहनूं किहड़ी किहड़ी चीज़ लगी आ भई सिस्टम की कॉस्ट आ आपां तुहानूं पूरी ऐन फुल डिटेल दे विच अज दसदे आ भई किहड़ा किहड़ा इहनूं कंपनी दा किहड़ा इहनूं ब्रांड लग्गा आ की उहदी कॉस्ट आ ठीक है ना आपां तुहानूं पूरी ऐन डिटेल दे विच हुण दसदे आ ते आपां ना जिहड़ी इहदी शुरुआत आ आपां शुरुआत प्लेयर तों ही करनी आ जिहड़ा इहनूं अपना प्लेयर लगा है पोनीयर का लगा आ Z5290BT लगा आ ये आपां नूं 18,000 का प्लेयर आपां नूं पिया सीगा ये वाला ठीक है ना जी ते मोहरे लगे अपने रॉकफोर्ड के आउल जिहड़े लगे आ ये तकरीबन आपां नूं पए सी 5,000 की जोड़ी पई सी ये वाली आपां नूं। बाकी आउंदे आ हुण आपां आउंदे आ सब वूफर दे उत्ते ये लगे आपां नूं इहनूं रॉकफोर्ड दे लगे आ P3 आम अपने वीर ने लाए आ P2 लगे आ तो इनू P3 आपू किए यूज तुम भावें यूट्यूब के उत्ते सर्च करके देख लियो भर के बी P3 का पा के बी P3 ट्रैक्टर अपने इन पंजाब ज इन इंडिया पा के देख लियो बे सब तो पहले नंबर से अपने वाले ट्रैक्टर उत्ते होगा शो ये उत्ते यूट्यूब के उत्ते लगे होगे होर नाल रॉकफोर्ड के करूँगे शो पर P2 लगे आ P3 आप लाए आता बाकी किसे हो भी सकता किसी भरा ने लाए भी हो सकते हैं पर यूट्यूब के उत्ते नहीं शो होंगे है ना तो ये आपां जो सब ओवर आ जो आप लवाया सगा तो ये उदो आप 17,500 का एक सब ओवर पिया सी ये वाला तो हुण इहदी तकरीबन कीमत है इस वेले 21-22,000 रुपया इहदी कीमत है इस वेले बोफर की अज के समय के ये आप 4 लवाए थे उदो देख लो तुम 17.5 के हिसाब के नाल 35-70,000 के बोफर ये लगे सी 4 अपने वाले तो यहाँ ये रन होंगे आनू आप रॉकफोर्ड की लाई आ मोनो भी प्राइम सीरीज 750
ਵਾਰਡ ਆਰ ਐਮ ਐਸ ਵਾਲੀ ਤਾਂ ਜਿਹੜੇ ਆਪਣੇ ਇਹ ਦੋ ਲੱਗੀਆਂ ਆ ਇਹ ਮੋਨੋਆਂ ਦੋ ਬੋਹਰ ਇੱਕ ਦੇ ਉੱਤੇ ਰਨ ਹੁੰਦੇ ਆ ਅਤੇ ਇੱਕ ਆਪਣੇ ਲੱਗਾ ਫੋਰ ਚੈਨਲ ਇਹਦੇ ਉੱਤੇ ਆਪਣੇ ਹੁੰਦੇ ਆ ਬੁਲਟ ਸੀਰੀਜ਼ ਆ ਜਿਹੜੇ ਲੱਗੇ ਆ ਆਪਣੇ ਆਂਡਾ ਸ਼ੇਪ ਅਤੇ ਇਹ ਜਿਹੜੇ ਬੁਲਟ ਸੀਰੀਜ਼ ਆ ਇਹ ਆਪਾਂ ਨੂੰ ਪਏ ਆ ਸੀਗਾ ਉਦੋਂ ਤਕਰੀਬਨ 85 ਕੁ ਸੌ ਰੁਪਈਏ ਦੀ ਜੋੜੀ ਪਈ ਸੀ ਆਪਾਂ ਨੂੰ ਇੱਕ ਇਹ ਤਾਂ 17 ਕੁ ਹਜ਼ਾਰ ਦੇ ਤਕਰੀਬਨ ਇਹ ਆਪਾਂ ਨੂੰ ਦੋ ਜੋੜੀਆਂ ਪਈਆਂ ਸੀਗੀਆਂ। ਇਹ ਮਿੱਤਰੋ ਜਿਹੜਾ ਆਪਣਾ ਨਾ ਬੋਫਰ ਆ 600 RMS ਦਾ ਇੱਕ ਬੋਫਰ ਆ ਰੋਕਫੋਰਡ ਦਾ ਅਤੇ ਦੋਨਾਂ ਦੀ 1200 RMS ਇਹਨਾਂ ਦੀ ਪਾਵਰ ਬਣਦੀ ਆ ਅਤੇ ਜਿਹੜੀ ਮੋਨੋ ਲੱਗੀ ਆ ਇਹ 1 ohm ਦੇ ਉੱਤੇ 750 RMS ਕੱਢਦੀ ਆ, ਠੀਕ ਹੈ ਨਾ ਜੀ। ਅਤੇ ਦੋਨਾਂ ਨੂੰ ਐਨ ਪੂਰਾ ਐਨ ਪ੍ਰੋਪਰ ਐਨ ਖੁੱਲ੍ਹਦੇ ਆ। ਮੇਨ ਗੱਲ ਇੱਕ ਹੋਰ ਆ ਹੈ ਨਾ, ਜੇ ਆਪਾਂ ਓਰੀਜਨਲ ਆਪਾਂ ਕੋਈ ਵੀ ਬ੍ਰੈਂਡਡ ਚੀਜ਼ ਲਾਉਣੀ ਆ ਤਾਂ ਉਹਨੂੰ ਜਿਹੜੀ ਹੈ ਨਾ ਮੋਨੋ ਆ ਬੂਫਰ ਦੇ ਨਾਲ ਦੀ ਲਾਓ ਹਮੇਸ਼ਾ ਹੀ, ਕਿਉਂਕਿ ਜੇ ਬਾਜ ਵੇਲੇ ਆਪਾਂ ਹੈ ਨਾ ਥੋੜ੍ਹੀ ਬੱਚਤ ਕਰ ਜਾਂਦੇ ਹਾਂ, ਆਪਾਂ ਹਲਕੀ ਜਾਂ ਦੇਸੀ ਮੋਨੋ ਲਾ ਦਿੰਦੇ ਹਾਂ ਬੂਫਰਾਂ ਨੂੰ, ਬੂਫਰ ਚੱਲਦੇ ਤਾਂ ਹੈਗੇ ਆ, ਰਨ ਤਾਂ ਹੁੰਦੇ ਆ ਵਧੀਆ, ਪਰ ਉਹਦੇ ਵਿੱਚ ਆਪਾਂ ਨੂੰ ਆਪਣਾ ਬੂਫਰ ਜਿਹੜਾ ਉਹ ਸ਼ੋਰਟ ਹੋਣ ਦਾ ਬਹੁਤ ਆਪਾਂ ਨੂੰ ਡਰ ਰਹਿੰਦਾ ਆ, ਕਰਕੇ ਆਪਾਂ ਇੰਨੀ ਕੋਸਟ ਦੇ ਮਹਿੰਗੀ ਚੀਜ਼ ਲਾਉਣੀ ਆ ਤਾਂ ਫਿਰ ਉਹਨੂੰ ਮੋਨੋ ਵੀ ਉਹਦੇ ਨਾਲ ਦੀ ਉਸ ਬ੍ਰੈਂਡ ਦੀ ਚਾਹੀਦੀ ਆ। ਜੇ ਤੁਸੀਂ ਵਧੀਆ ਐਨ ਪੂਰਾ ਟੇਸਟ ਲੈਣਾ ਐਨ ਪੂਰਾ ਬੇਸ ਦਾ ਐਨ ਵਧੀਆ ਕੁਆਲਿਟੀ ਬਣੇ ਸਾਰੇ ਕਾਹੇ ਦੀ ਹੈ ਨਾ। ਮਿੱਤਰੋ ਜਿਹੜੀ ਇਹ ਹੈ ਨਾ ਰੋਕਫੋਰਡ ਦੀ ਪ੍ਰਾਈਮ ਸੀਰੀਜ਼ ਆ ਮੋਨੋ 750 WRMS ਦੀ ਆ, ਇਹ ਉਦੋਂ ਆਪਾਂ 17,500 ਦੀ ਇੱਕ ਮੋਨੋ ਲਵਾਈ ਸੀਗੀ ਇਹ ਇਹਨੂੰ, ਅਤੇ ਹੁਣ ਇਹਦੀ ਮੇਰੇ ਹਿਸਾਬ ਦੇ ਨਾਲ ਬਈ ਇਸ ਵੇਲੇ ਜਾਂ ਤਾਂ 1000-2000 ਕੀਮਤ ਇਹਦੀ ਅੱਪ ਹੋਊਗੀ ਇੱਦੋਂ, ਠੀਕ ਆ, ਅਤੇ ਜਾਂ ਫਿਰ ਉੱਥੇ ਕੀ ਹੋਊਗੀ, ਘਟਣੀ ਤਾਂ ਹੈ ਨਹੀਂਗੀ, ਆਪੇ ਹੀ ਹੋ ਸਕਦੀ ਹੈ ਇਹਨਾਂ ਦੀ ਕੀਮਤ, ਠੀਕ ਆ। ਤਾਂ ਇਹ ਦੇਖ ਲਓ ਬਈ 35,000 ਦੀਆਂ ਆਪਣੀਆਂ ਦੋ ਮੋਨੋਆਂ ਲੱਗੀਆਂ ਸੀਗੀਆਂ, ਠੀਕ ਆ, ਅਤੇ 8-9 ਹਜ਼ਾਰ ਦਾ ਆਪਣਾ ਲੱਗਾ ਸੀਗਾ ਐਂਪ ਲੱਗਾ ਸੀਗਾ ਵੀ ਜਿਹੜਾ ਇਹਨਾਂ ਨੂੰ ਆਪਣਿਆਂ ਨੂੰ ਆਂਡਾ ਸ਼ੇਪ ਨੂੰ ਇਹਨਾਂ ਨੂੰ ਆਪਣਿਆਂ ਨੂੰ ਆਪਣਾ ਰਨ ਕਰਦਾ ਆ। ਅਤੇ ਆਪਾਂ ਆਹ ਬੈਕ ਸਾਈਡ 'ਤੇ ਵੀ ਮਿੱਤਰੋ ਇੱਥੇ ਵੀ ਰੋਕਫੋਰਡ ਦੇ ਲਾਏ ਆ, ਉਹ 4 ਲਾਏ ਆ ਇਹ ਫਿਰ ਪਿਛਲੇ ਪਾਸੇ, ਨਹੀਂ ਤਾਂ ਫਿਰ ਇਕੱਲੀ ਬੇਸ ਸੁਣਦੀ ਰਹਿੰਦੀ, ਆਵਾਜ਼ ਨਹੀਂ ਜਾਂਦੀ ਹੈਗੀ। ਇਹ ਮੈਨੂੰ ਹੁਣ ਪ੍ਰੋਪਰ ਨਹੀਂ ਹੈਗਾ, ਮੇਰੇ ਹਿਸਾਬ ਦੇ ਨਾਲ ਇਹ 3504 ਕੁ ਹਜ਼ਾਰ ਦੀ ਆਪਾਂ ਨੂੰ ਜੋੜੀ ਪਈ ਸੀ ਇਹ ਵਾਲੀ ਜਦੋਂ ਲਾਏ ਸੀਗੇ, ਇਹ ਵਾਲੀ ਆਹ ਵਾਲੀ ਜੋੜੀ ਜਿਹੜੀ ਆ ਇਹ ਤਕਰੀਬਨ ਉਹੀ 8-9 ਕੁ ਹਜ਼ਾਰ ਦੇ ਤਕਰੀਬਨ ਇਹ ਵਾਲੇ ਆਪਾਂ ਨੂੰ ਪਏ ਸੀਗੇ 4, ਠੀਕ ਹੈ ਨਾ ਜੀ। ਅਤੇ ਮਿੱਤਰੋ ਆਪਾਂ ਜਿਹੜੀ ਬੈਗ ਪਿੱਛੇ ਪੇਟੀ 'ਤੇ ਆਪਾਂ ਜਿਹੜਾ ਸਿਸਟਮ ਯੂਜ਼ ਕੀਤਾ ਆ ਪਿੱਛੇ ਆਪਣੇ ਲੱਗਾ ਆ ਕਿੱਕਰ ਦਾ, ਅਤੇ ਇਹਨੂੰ ਆਪਾਂ ਲਾਏ ਆ ਕਿੱਕਰ ਦੇ ਲਾਏ ਆ L715 ਇੰਚੀ ਦੇ ਵਿੱਚ, ਠੀਕ ਹੈ ਨਾ ਜੀ। ਇਹਦਾ ਤੁਸੀਂ ਨੈੱਟ 'ਤੇ ਇਹਦਾ ਰੇਟ ਸਰਚ ਮਾਰੋਗੇ ਤਾਂ ਤੁਹਾਨੂੰ ਇਹ ਅੱਜ ਦੇ ਮੁੱਲ ਦੇ ਵਿੱਚ ਤਕਰੀਬਨ 35,000 ਦੇ ਇੱਕ ਤਕਰੀਬਨ ਇਹ ਬੋਫਰ ਮਿਲਣਾ ਇੱਕ, ਉੱਦਾਂ ਤਾਂ ਇਹਦਾ ਰੇਟ ਕਾਫੀ ਆ, ਜੇ ਆਪਾਂ ਨੂੰ ਨਹੀਂ ਪਤਾ ਤਾਂ 40-50 ਹਜ਼ਾਰ ਵੀ ਮੰਗੀ ਜਾਂਦੇ ਆ, ਤਾਂ ਸਹੀ ਆਪਾਂ ਨੂੰ ਇਹ 30-35 ਹਜ਼ਾਰ ਦੇ ਵਿੱਚ ਬੋਫਰ ਮਿਲਣਾ ਆ ਜੇ ਆਪਾਂ ਹੁਣ ਅੱਜ ਦੇ ਟਾਈਮ ਦੇ ਵਿੱਚ ਇਹ ਲੈਂਦੇ ਹਾਂ। ਤਾਂ ਇਹਨਾਂ ਦੀ ਬੇਸ ਦੀ ਕੁਆਲਿਟੀ ਇਹਦੀ ਤਾਂ ਇੱਕ ਵੱਖਰਾ ਲੈਵਲ ਹੀ ਆ ਹੈ ਨਾ ਕਿੱਕਰ ਦਾ। ਤਾਂ ਅਤੇ ਇਹ ਜਿਹੜਾ ਰਨ ਹੁੰਦੇ ਆ ਇਹ ਆਪਣੇ ਵਾਲੇ ਬੋਫਰ ਆ ਨਾ, ਇਹ ਇੱਕ ਬੋਫਰ ਨੂੰ ਇੱਕ ਮੋਨੋ ਰਨ ਕਰਦੀ ਆ, ਅਤੇ ਜਿਹੜਾ ਆਪਣਾ ਬੋਫਰ ਆ ਇਹ 1000 RMS ਦਾ ਆ ਇੱਕ, ਜਿਹੜਾ ਥੱਲੇ ਬੋਫਰ ਲੱਗਾ ਆ ਇੱਕ, ਅਤੇ ਇਹਨੂੰ ਕਿੱਕਰ ਦੀ KX 1262 RMS ਦੀ ਮੋਨੋ ਆ ਰੈੱਡ ਸੀਰੀਜ਼ ਦੀ। ਜੇ ਤੁਸੀਂ ਇਹਨੂੰ ਸਰਚ ਵੀ ਕਰਨਾ ਆ ਤਾਂ ਕਿੱਕਰ KX 1200 WD ਪਾ ਕੇ ਇਹਨੂੰ ਸਰਚ ਕਰ ਲਿਓ, ਇਹਦਾ ਤੁਹਾਨੂੰ ਇਹਦਾ ਸਾਰੀ ਡਿਟੇਲ ਇਹਦੀ ਸ਼ੋਅ ਹੋ ਜਾਣੀ ਆ। ਤਾਂ ਤਕਰੀਬਨ ਇਹ ਮੋਨੋ ਹੋਣੀ ਆ ਅੱਜ ਦੇ ਸਮੇਂ ਦੇ ਵਿੱਚ 30-35 ਹਜ਼ਾਰ ਦੇ ਵਿੱਚ ਮੋਨੋ ਹੋਣੀ ਆ ਇਹ। ਇਹ ਜਦੋਂ ਉਦੋਂ ਆਪਾਂ ਮੋਨੋ ਲਈ ਸੀਗੀ ਤਾਂ ਇਹ ਤਾਂ ਰੇਟ ਤਾਂ ਬਹੁਤ ਮੰਗੀ ਜਾਂਦੇ ਸੀਗੇ, ਤਾਂ ਆਪਾਂ ਇਹ ਦਿੱਲੀ ਤੋਂ ਮੰਗਾਈਆਂ ਸੀਗੀਆਂ, ਉਦੋਂ ਮੋਨੋਆਂ ਦਾ ਇਹਨਾਂ ਦਾ ਰੇਟ ਬਹੁਤ ਸੀਗਾ, ਇੱਥੇ ਆਪਣੇ 40-40, 45-45, 50-50 ਹਜ਼ਾਰ ਰੁਪਈਆ ਦਾ ਰੇਟ ਮੰਗੀ ਜਾਂਦੇ ਸੀ ਮੋਨੋ ਦਾ। ਤਾਂ ਇਹ ਉਦੋਂ ਆਪਾਂ ਨੂੰ ਮੋਨੋ ਪਈ ਸੀਗੀ ਤਕਰੀਬਨ 30 ਕੁ ਹਜ਼ਾਰ ਦੀ ਮੋਨੋ ਉਦੋਂ ਪਈ ਸੀਗੀ, ਅੱਜ ਤਕਰੀਬਨ ਅੱਜ ਤੋਂ 1.5 ਕੁ ਸਾਲ ਪਹਿਲਾਂ, 1.5-2 ਸਾਲ ਪਹਿਲਾਂ। ਇਹ ਇੱਕ ਬੋਫਰ ਨੂੰ ਇੱਕੋ ਹੀ ਮੋਨੋ ਰਨ ਕਰਦੀ ਆ, ਠੀਕ ਹੈ ਨਾ ਜੀ। ਤਾਂ ਇਹ ਦੇਖ ਲਓ ਵੀ ਦੋ ਮੋਨੋਆਂ ਲੱਗੀਆਂ ਆ, ਇੱਕ ਪਰਲੀ ਸਾਈਡ 'ਤੇ ਮੋਨੋ ਲੱਗੀ ਆ ਦੂਜੇ ਬੋਫਰ ਦੀ, ਅਤੇ 30 ਦੇਖ ਲਓ ਵੀ 30 × 60,000 ਦੀਆਂ ਮੋਨੋਆਂ ਦੋ ਪਈਆਂ ਸੀਗੀਆਂ ਇਹ ਵਾਲੀਆਂ ਆਪਾਂ ਨੂੰ। ਇੱਕ ਇਹਦੇ ਵਿੱਚ ਮੋਨੋ ਲੱਗੀ ਆ, ਇੱਥੋਂ ਦੀ ਦਿਖਾ ਲੈ ਪਿੱਛੋਂ ਦੀ, ਆਹ ਲੱਗੀਆਂ ਇੱਥੋਂ ਮੋਨੋ ਦਿਸ ਪਾਣੀਆਂ ਆ ਉਹਦੇ ਵਿੱਚ ਦੀ। ਇਹ 60,000 ਦੀਆਂ ਦੋ ਮੋਨੋ ਆਪਾਂ ਨੂੰ ਪਈਆਂ ਸੀਗੀਆਂ ਇਹ ਵਾਲੀਆਂ, ਅਤੇ 60,000 ਦੇ ਹੀ ਆਪਾਂ ਨੂੰ ਬੋਫਰ ਪਏ ਸੀਗੇ ਦੋ ਹੀ ਕਿੱਕਰ ਦੇ। ਤਾਂ 60 ਦੇ ਬੋਫਰ ਪਏ ਸੀ ਤਾਂ 60 ਦੀਆਂ ਆਪਾਂ ਨੂੰ ਮੋਨੋਆਂ ਪਈਆਂ ਸੀਗੀਆਂ, ਕਿਉਂਕਿ
ਬ੍ਰਾਂਡ ਦੇ ਉੱਤੇ ਬ੍ਰਾਂਡ ਹੀ ਚੱਲਦਾ ਆ ਜੇ ਇਹਨੂੰ ਆਪਾਂ ਹਲਕੀ ਮੋਨੋ ਲਾਉਂਦੇ ਆ ਤਾਂ ਇੰਨਾ ਮਹਿੰਗਾ ਬੋਫਰ ਆ ਫੇਰ ਤੁਹਾਨੂੰ ਪਤਾ ਵੀ ਨੁਕਸਾਨ ਵੀ ਇਹਦੀ ਕਰਕੇ ਗਰੰਟੀ ਨਹੀਂ ਮਿਲਦੀ ਓਰੀਜਨਲ ਚੀਜ਼ ਕਿਸੇ ਦੀ ਵੀ ਗਰੰਟੀ ਨਹੀਂ ਹੁੰਦੀ ਹੈਗੀ ਭਾਵੇਂ ਆਪਣਾ ਕਹਿੰਦੇ ਲਾਉਂਦੇ ਸਾਰੇ ਆਪਣਾ ਭਾਵੇਂ ਬੋਫਰ ਉੱਡ ਜਾਵੇ ਉਹਨਾਂ ਦੇ ਭਾਅ ਦਾ ਤਾਂ ਕੰਪਨੀ ਵਾਲਿਆਂ ਨੇ ਤਾਂ ਦੇ ਦਿੱਤਾ ਉਹ ਪਹਿਲਾਂ ਹੀ ਕਹਿ ਦਿੰਦੇ ਆ ਵੀ ਸਾਡੀ ਕੋਈ ਗਰੰਟੀ ਨਹੀਂ ਗੀ ਹੈਗੀ ਪੈਸੇ ਤੁਸੀਂ ਖਰਚਣੇ ਆ ਖਰਚ ਲਓ ਆਪਣੇ ਰਿਸਕ ਦੇ ਉੱਤੇ ਖਰਚ ਲਓ ਤੁਸੀਂ ਖਰਚਣੇ ਆ ਤਾਂ ਬਾਕੀ ਮਿੱਤਰੋ ਜਿੰਨੀ ਵੀ ਮੋਡੀਫਿਕੇਸ਼ਨ ਹੋਈ ਆ ਜਿੰਨਾ ਵੀ ਇਹ ਸਾਰਾ ਕੰਮ ਕੀਤਾ ਆ ਹਨਾ ਇਹ ਜਿੰਨਾ ਵੀ ਇਹ ਕੁਲਦੀਪ ਭਾਅ ਜੀ ਨੇ ਆਟੋ ਲੈਂਡ ਵਾਲੇ ਨੇ ਕੀਤਾ ਆ ਉਹਨਾਂ ਦੇ ਹੱਥੀਂ ਹੋਇਆ ਸਾਰਾ ਕੁਛ ਉਹਨੇ ਰੈਡੀ ਕੀਤਾ ਆ ਟਰੈਕਟਰ ਇਹ ਜੇ ਇੱਕ ਪੇਟੀ ਦਾ ਆਪਾਂ ਲਾਇਆ ਜਾਵੇ ਤਾਂ ਰੇਟ ਤਕਰੀਬਨ ਇੱਕ ਪੇਟੀ 10,000 ਦੇ ਤਕਰੀਬਨ ਪੇਟੀ ਪੇਟੀ ਬਣਦੀ ਆ 20,000 ਦੇ ਤਕਰੀਬਨ ਤਾਂ ਪੇਟੀਆਂ ਹੀ ਬਣੀਆਂ ਸੀਗੀਆਂ ਇਹ ਤਾਂ ਉੱਤੇ ਜਿੰਨੀ ਵੀ ਇਹਦੇ ਮੋਡੀਫਿਕੇਸ਼ਨ ਜੋ ਸਜਾਵਟ ਹੋਈ ਆ ਜੋ ਵੀ ਹੋਇਆ ਆ ਏ ਟੂ ਜੈਡ ਇਹ ਸਾਰਾ ਕੁਲਦੀਪ ਭਾਅ ਜੀ ਨੇ ਕੀਤਾ ਆ ਜੋ ਸਜਾਵਟ ਆ ਅਤੇ ਭਾਅ ਜੀ ਨੇ ਹੈ ਨਾ ਇਹਦਾ ਆਪਣੇ ਤੋਂ ਕਹਿ ਦਈਏ ਵੀ ਉਹਨੀ ਜੋ ਉਹਨਾਂ ਦੀ ਮਿਹਨਤ ਆਈ ਆ ਉਹਨੀ ਮਿਹਨਤ ਹੀ ਆਪਣੀ ਲਈ ਆ ਵੀ ਉਹਨੀ ਇਹ 'ਚੋਂ ਕਮਾਇਆ ਕੱਖ ਨਹੀਂ ਗਾ ਹੈਗਾ ਇਹ ਕਿਸਮ ਦਾ ਵੀ ਉਹਨਾਂ ਨੇ ਆਪਾਂ ਨੂੰ ਇਹ ਗਿਫਟ ਹੀ ਤਿਆਰ ਕਰਕੇ ਦਿੱਤਾ ਆ ਭਰਾ ਨੇ ਆਪਣਾ ਤੇ ਪਿਆਰੇ ਭਰਾ ਦੇ ਨਾਲ ਇੰਨਾ ਆ ਵੀਰ ਆਪਣੀ ਬੜਾ ਇੱਜ਼ਤ ਮਾਣ ਕਰਦਾ ਆ ਹੈ ਨਾ ਅਤੇ ਉੱਦਾਂ ਵੀ ਜਾਣੀ ਕਿ ਕੋਈ ਚੀਜ਼ ਸਜਾਉਣੀ ਆ ਤਾਂ ਇੱਕ ਵੱਖਰੇ ਲੈਵਲ ਦਾ ਹੀ ਆ ਉਹਨਾਂ ਦਾ ਤਾਂ ਟੇਸਟ ਹੀ ਵੱਖਰਾ ਆ ਬਾਕੀ ਮਿੱਤਰੋ ਆ ਜਿੰਨੀ ਵੀ ਮੋਡੀਫਿਕੇਸ਼ਨ ਜਿਹੜੀ ਹੋਈ ਆ ਨਾ ਇਹਦਾ ਕਹਿੰਦੇ ਨਹੀਂ ਹੁੰਦੇ ਬਈ ਜਾਂ ਕਿਸੇ ਭਰਾ ਦਾ ਪਿਆਰ ਹੋਵੇ ਵਿੱਚ ਤਾਂ ਫਿਰ ਉਹ ਅਣਮੁੱਲਾ ਹੀ ਹੁੰਦਾ ਆ ਆਪਾਂ ਉਹਦਾ ਫਿਰ ਉਹਨੂੰ ਰੇਟ ਨਾਲ ਕੰਪੇਅਰ ਨਹੀਂ ਕਰ ਸਕਦੇ ਹੈਗੇ ਠੀਕ ਆ ਨਾ ਬਾਕੀ ਤੁਸੀਂ ਆਪ ਸਿਆਣੇ ਆ ਵੀ ਇੰਨੀ ਸਜਾਵਟ ਕਰਨੀ ਆ ਜੇ ਇੰਨਾ ਕੁਝ ਲੱਗਣਾ ਆ ਤੁਸੀਂ ਆਪਣੇ ਅੰਦਾਜ਼ੇ ਨਾਲ ਲਾਈ ਸਕਦੇ ਵੀ ਇਹਤੇ ਕਿੰਨਾ ਖਰਚਾ ਆ ਸਕਦਾ ਆ ਸਾਰੇ ਕਾਹੇ ਦੇ ਉੱਤੇ ਬਾਕੀ ਇੱਕ ਮਿੱਤਰੋ ਆਪਾਂ ਆਹ ਹੁਣ ਨਿਊ ਲਾਇਆ ਆ ਇਹ ਹੱਲੇ ਤਾਂ ਕਿਸੇ ਭਰਾ ਦੇ ਲੱਗਾ ਨਹੀਂ ਹੋਣਾ ਹੈਗਾ ਫਾਇਰ ਵਾਲਾ ਛੋਟੇ ਤਾਂ ਸਾਰਿਆਂ ਭਰਾਵਾਂ ਨੇ ਲਾਏ ਆ ਠੀਕ ਹੈ ਨਾ ਜੀ ਅਤੇ ਇਹ ਵੀ ਆਪਾਂ ਨੂੰ ਕੁਲਦੀਪ ਭਾਅ ਜੀ ਨੇ ਰੈਡੀ ਕਰਕੇ ਦਿੱਤਾ ਆ ਸਾਰਾ ਹੀ ਇਹ ਆ ਜੋ ਇਹਨੂੰ ਲਾਈਟਾਂ ਲੂਟਾਂ ਜੋ ਮੋਡੀਫਿਕੇਸ਼ਨ ਆ ਇਹ ਵੱਖਰੇ ਤਰੀਕੇ ਦੇ ਕੁਲਦੀਪ ਭਾਅ ਜੀ ਨੇ ਆਪਾਂ ਨੂੰ ਤਿਆਰ ਕਰਕੇ ਦਿੱਤਾ ਆ ਸਾਰਾ ਹੀ ਇਹ ਹੁਣ ਲਾਊਗੇ ਹੁਣ ਜੇ ਵੀ ਕੋਈ ਲਾਊਗਾ ਤਾਂ ਭਰਾ ਹੁਣ ਬਾਅਦ 'ਚ ਲਾਊਗਾ ਤਾਂ ਪਹਿਲਾਂ ਆਪਾਂ ਹੀ ਇਹਦੇ ਉੱਤੇ ਲਾਇਆ ਇਹ ਚੀਜ਼ ਕਰਕੇ ਥੋੜ੍ਹਾ ਜਿਹਾ ਵੱਖਰਾ ਜਿਹਾ ਲੱਗਦਾ ਆ ਕਰਕੇ ਬਾਕੀ ਸਾਰਾ ਟਰੈਕਟਰ ਬਲਕੀ ਆ ਤਾਂ ਫਿਰ ਉਹਨੂੰ ਆਹ ਵੀ ਚੀਜ਼ ਵੱਖਰੀ ਹੈ ਆਪਾਂ ਲਾਈਏ ਥੋੜ੍ਹਾ ਜਿਹਾ ਟਰੈਕਟਰ ਵੱਖਰਾ ਜਿਹਾ ਲੱਗਦਾ ਹੈ ਨਾ ਬਾਕੀਆਂ ਦੇ ਨਾਲੋਂ ਸੋਹਣਾ ਲੱਗਦਾ ਦੇਖਣ ਨੂੰ ਅਤੇ ਆਹ ਵਾਲੀ ਆਪਾਂ ਲਾ ਦੇਣੀ ਆ ਹੁਣ ਜਿਹੜੀ ਆ ਫਰੰਟ 'ਤੇ ਲੱਗੀ ਆ ਵੀ ਆਪਾਂ ਪਹਿਲਾਂ ਲਾਈ ਸੀ ਆਪਾਂ ਲਾ ਦੇਣੀ ਆ ਨਾ ਮਿੱਤਰੋ ਇਹਨੂੰ ਜਿਹੜਾ ਰਨ ਹੁੰਦਾ ਆ ਉਹਦੇ ਲਈ ਵੀ ਕਰੰਟ ਚਾਹੀਦਾ ਹੈ ਨਾ ਤਾਂ ਇਹਨੂੰ ਆਪਾਂ 140 ਐਂਪੀਅਰ ਦਾ ਅਲਟੀਨੇਟਰ ਲਾਇਆ ਆ ਅਤੇ ਕਈਆਂ ਭਰਾਵਾਂ ਨੇ ਬੜੇ ਵੀ ਅਲਟੀਨੇਟਰ ਲਾਏ ਆ ਬਾਕੀ ਮੈਂ ਇੱਕ ਦੱਸਦਾ ਨਾ ਜਿੰਨਾ ਆਪਾਂ ਬ੍ਰਾਂਡਡ ਦੇ ਵਿੱਚ ਬ੍ਰਾਂਡ ਦੇ ਵਿੱਚ ਜਾਵਾਂਗੇ ਹੈ ਨਾ ਉਹਦੇ ਵਿੱਚ ਓਰੀਜਨਲ ਜਿਹੜੀਆਂ ਮੋਨੋਆਂ ਲੱਗੀਆਂ ਆ ਉਹ ਕਰੰਟ ਬਹੁਤ ਹਿਸਾਬ ਦੇ ਨਾਲ ਥੋੜ੍ਹਾ ਖਿੱਚਦੀਆਂ ਹੁੰਦੀਆਂ ਆ ਜਦੋਂ ਆਪਾਂ ਬੋਫਰ ਨੂੰ ਦੇਸੀ ਮੋਨੋ ਕੋਈ ਵੀ ਲਾ ਦੇਣੀ ਆ ਉਹ ਕਰੰਟ ਬਹੁਤ ਜ਼ਿਆਦਾ ਵੇਸਟ ਕਰਦੇ ਆ ਤਾਂ ਇਸ ਕਰਕੇ ਆਪਣਾ 140 ਪੇਅਰ ਦਾ ਲੱਗਾ ਆ ਅਤੇ ਐਨ ਵਧੀਆ ਇਹਦੇ ਨਾਲ ਆਪਣਾ ਸਿਸਟਮ ਸਾਰਾ ਖੁੱਲ੍ਹਾ ਡੁੱਲਾ ਚੱਲਦਾ ਐਨ ਕੋਈ ਪ੍ਰੋਬਲਮ ਨਹੀਂ ਅਤੇ ਅੱਗੇ ਇਹਨੂੰ 100-100 ਪੇਅਰ ਦੀਆਂ ਦੋ ਬੈਟਰੀਆਂ ਆਪਾਂ ਇਹਦੇ ਵਿੱਚ ਰੱਖੀਆਂ ਆ ਇਹ 'ਚ ਦੋ ਬੈਟਰੀਆਂ ਆਪਾਂ ਜੋੜ ਕੇ ਰੱਖੀਆਂ ਆ 100-100 ਪੇਅਰ ਦੀਆਂ ਅੱਗੇ ਵਿੱਚ ਆ ਇਹਦੇ ਹੁਣ ਆਹ ਥੋੜ੍ਹੀਆਂ ਕੁੰਡੀਆਂ ਖੋਲ੍ਹਣ ਦੀ ਆਪਣੂੰ ਪ੍ਰੋਬਲਮ ਆ ਜਾਣੀ ਆ ਦੋ ਬੈਟਰੀਆਂ ਦੇ ਉੱਤੇ ਚੱਲਦਾ ਆ ਜਾਣੀ ਕਿ ਜੇ ਖੜ੍ਹੇ ਨੂੰ ਵੀ ਇਹਨੂੰ ਆਪਾਂ 10-15-20 ਮਿੰਟ ਚਲਾ ਦਈਏ ਤਾਂ ਬੈਟਰੀਆਂ ਡਾਊਨ ਨਹੀਂ ਹੁੰਦੀਆਂ ਹੈਗੀਆਂ ਇੱਕ ਮਿੱਤਰੋ ਹੋਰ ਆਪਾਂ ਇਹਨੂੰ ਹੈ ਨਾ ਰਿਮੋਟ ਲਵਾਇਆ ਹੁਣ ਅਤੇ ਲਵਾਉਣ ਨੂੰ ਤਾਂ ਆਪਾਂ ਚਿਰਦੇ ਫਿਰਦੇ ਸੀਗੇ ਤਾਂ ਥੋੜ੍ਹਾ ਜਿਹਾ ਭਾਈ ਦਾ ਕੰਮਾਂ ਕਾਰਾਂ ਦੇ ਵਿੱਚ ਬੀਜੀ ਸੀਗੇ ਤਾਂ ਇਹ ਵੀ ਹੁਣ ਆਪਾਂ ਲਵਾ ਗਿਆ ਇਹਨੂੰ ਇਹ ਆਪਾਂ ਕੁਲਦੀਪ ਭਾਅ ਜੀ ਨੇ ਲਾ ਕੇ ਦਿੱਤਾ ਇਹ ਵੀ ਆਪਾਂ ਨੂੰ ਆ ਤੁਹਾਨੂੰ ਦਿਖਾ ਲਦਾ ਰਿਮੋਟ 'ਤੇ ਬੰਦ ਹੁੰਦਾ ਇਹ ਰਿਮੋਟ 'ਤੇ ਬੰਦ ਹੋ ਜਾਂਦਾ ਇੱਕ ਭਰਾਵਾਂ ਨੇ ਕਈਆਂ ਨੇ ਬਹੁਤ ਚਿਰ ਦੇ ਲਵਾਏ ਆ ਪਰ ਆਪਣਾ ਟਾਈਮ ਨਹੀਂ ਲੱਗਾ ਹੈਗਾ ਆਪਾਂ ਪਹਿਲਾਂ ਆਪਣਾ ਹੁਣੇ ਟਾਈਮ ਲੱਗਾ ਮੈਂ ਕਿਹਾ ਚੱਲ ਇਹ ਵੀ ਆਪਾਂ ਨਾਲ ਲਵਾ ਲਈਏ ਰਿਮੋਟ ਦੇ ਉੱਤੇ ਸਟਾਰਟ ਵੀ ਕਰ ਲਈਏ ਇਹਨੂੰ ਬਾਕੀ ਮਿੱਤਰੋ ਜਿਹੜੇ ਹੋਰ ਉੱਤੇ ਛੋਟੇ ਛੋਟੇ ਖਰਚੇ ਆ ਉਹ ਤਾਂ ਅਣਗਿਣਤੇ ਹੀ ਹੁੰਦੇ ਆ ਜਿੱਦਾਂ ਲਾਈਟਾਂ ਦਾ ਆ ਗਿਆ ਮੂਹਰੇ ਲਾਈਟਾਂ ਲਾ ਲਈਆਂ ਅਤੇ ਆ ਹੋਰਨਾਂ ਦਾ ਖਰਚਾ ਹੋ ਗਿਆ ਇਹ ਵੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤਕਰੀਬਨ 1700 ਰੁਪਈਏ ਦੀ ਜੋੜੀ ਆ ਹੈ ਨਾ ਤਾਂ ਆਪਾਂ ਇਹਦੇ ਥੱਲੇ ਵੀ ਲਾਈਟਾਂ ਲਾਈਆਂ ਆ ਮੂਹਰੇ ਵੀ ਅਤੇ ਪਿੱਛੇ ਇਹਦੇ ਆਪਾਂ ਜਲਵੇ ਲਾਏ ਆ 4 ਠੀਕ ਹੈ ਨਾ ਅਤੇ ਬਾਕੀ ਆ ਟ੍ਰੇਨ ਵਾਲੇ ਹੋਰਨ ਹੋ ਗਏ ਤਾਂ ਸਟੇਅਰਿੰਗ ਹੋ ਗਿਆ ਠੀਕ ਹੈ ਨਾ ਜੀ ਤਾਂ ਆਪਣੀ ਬਾਕੀ ਆ ਆਪਣੀ ਹੋ ਗਈ ਛੱਤ ਆਪਣੀ ਜਿਹੜੀ ਇਹਦੀ ਸੀਟ ਆ ਹੈ ਨਾ ਉਹ ਵੀ ਆਪਾਂ ਸਕੈਨ ਫਿੱਟ ਦੇ ਵਿੱਚ ਬਣਵਾਈ ਆ ਇਹਦੀ ਆਪਾਂ ਹੈ ਨਾ ਆਮ ਉੱਤੇ ਵੀਰ ਕਵਰ ਚਾੜੇ ਹੁੰਦੇ ਆ ਆਪਾਂ ਇਹਦੇ ਕਵਰ ਨਹੀਂ ਚਾੜਿਆ ਹੈਗਾ ਤਾਂ ਬਾਕੀ ਆ ਮੂਹਰੇ ਬਾਰ ਲਾਈਟ ਹੋ ਗਈ ਆ ਠੀਕ ਹੈ ਨਾ ਤਾਂ ਇੱਦਾਂ ਦੇ ਛੋਟੇ ਛੋਟੇ ਇੱਦਾਂ ਦੇ ਖਰਚੇ ਆ ਤਾਂ ਇਹ ਤਾਂ ਚਲੋ ਸਾਰੇ ਭਰਾ ਕਰਾਉਂਦੇ ਹੀ ਆ ਬਾਕੀ ਜੋ ਟੇਪ ਟੂਪ ਦਾ ਖਰਚਾ ਹੋ ਗਿਆ ਜੋ ਆਹ ਐਕਸੈਸਰੀ ਹੋ ਗਈ ਇੱਦਾਂ ਦੀ ਆਹ ਲਾਈਟਾਂ ਹੋ ਗਈਆਂ
ਇਹਦਾ ਤਕਰੀਬਨ ਸਾਰੇ ਭਰਾ ਹੁਣ ਕਰਾਉਂਦੇ ਹੀ ਆ। ਚਲੋ ਇਹ ਆਪਾਂ ਕਿਸੇ ਗਿਣਤੀ 'ਚ ਨਹੀਂ ਰੱਖਣਾ ਹੈਗਾ, ਇਹਦਾ ਪਤਾ ਹੀ ਆ ਸਾਰੇ ਭਰਾਵਾਂ ਨੂੰ ਕੀ ਖਰਚਾ ਆਉਂਦਾ, ਕੀ ਇਹਦੀ ਕੋਸਟ ਆਉਂਦੀ ਆ, ਹੈ ਨਾ। ਅਤੇ ਆਪਾਂ ਮੇਨ ਜਿਹੜਾ ਸੀਗਾ ਆਪਾਂ ਤੁਹਾਨੂੰ ਅੱਜ ਉਹ ਹੀ ਦੱਸਣਾ ਸੀਗਾ ਵੀ ਆਪਾਂ ਜਿਹੜੀਆਂ ਇਹ 'ਚ ਚੀਜ਼ਾਂ ਲੱਗੀਆਂ ਆ। ਬਾਕੀ ਮਿੱਤਰੋ ਜੇ ਕਿਸੇ ਵੀਰ ਨੇ ਹੈ ਨਾ ਹੋਰ ਕੋਈ ਵੀ ਮੇਰੇ ਤੋਂ ਕੋਈ ਗੱਲ ਪੁੱਛਣੀ ਕੋਈ ਡਿਟੇਲ ਦੇ ਵਿੱਚ, ਹੈ ਨਾ, ਤਾਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਮੈਂ ਆਪਣੀ ਆਈ ਡੀ ਵੀ ਮੈਨਸ਼ਨ ਕੀਤੀ ਆ, ਅਤੇ ਮੈਂ ਤੁਹਾਨੂੰ ਇਹ 'ਚ ਵੀ ਦਿਖਾ ਦਿੰਦਾ ਆਪਣੀ ਛਤਰੀ ਉੱਤੇ ਵੀ ਲੱਗੀ ਆ, ਅਤੇ ਤਾਂ ਆਈ ਡੀ ਮੈਨੂੰ ਇਹ 'ਤੇ ਮੈਸੇਜ ਕਰ ਲਿਓ ਇੰਸਟਾਗ੍ਰਾਮ ਦੇ ਉੱਤੇ ਜੇ ਕਿਸੇ ਭਰਾ ਨੇ ਕੋਈ ਮੇਰੇ ਤੋਂ ਗੱਲ ਪੁੱਛਣੀ ਆ ਕੋਈ ਵੀ ਕਿਸੇ ਚੀਜ਼ ਦੇ ਬਾਰੇ ਵੀ, ਤਾਂ ਆਪਾਂ ਤੁਹਾਨੂੰ ਤੁਹਾਡੀ ਹਰ ਇੱਕ ਗੱਲ ਦਾ ਜਵਾਬ ਦੇਵਾਂਗੇ ਉਹਦੇ ਉੱਤੇ, ਠੀਕ ਹੈ ਨਾ ਜੀ। ਅਤੇ ਇੱਕ ਵਾਰੀ ਆਪਾਂ ਤੁਹਾਨੂੰ ਚਾਰੇ ਪਾਸੋਂ ਐਂਗਲ ਤੋਂ ਤੁਹਾਨੂੰ ਦਿਖਾ ਦਿੰਦੇ ਹਾਂ। ਬਾਕੀ ਮਿੱਤਰੋ ਹੈ ਨਾ ਆਪਾਂ ਤੁਹਾਨੂੰ ਨਾਈਟ 'ਤੇ ਵੀ ਲਾਈਟਾਂ ਜਾਗਦੀਆਂ ਦੇ ਸਾਰਿਆਂ ਦੇ ਹੈ ਨਾ ਵਿੱਚ ਆਪਾਂ ਤੁਹਾਨੂੰ ਸ਼ੋਟ ਇਹਦੇ ਵਿੱਚ ਐਡ ਕਰਾਂਗੇ ਵੀਡੀਓ ਦੇ ਵਿੱਚ, ਅਤੇ ਉਹ ਵੀ ਆਪਾਂ ਤੁਹਾਨੂੰ ਸਾਰਾ ਦਿਖਾਵਾਂਗੇ ਵੀ ਰਾਤ ਨੂੰ ਵਿਊ ਕਿੱਦਾਂ ਦਾ ਲੱਗਦਾ ਆ। ਅਤੇ ਬਾਕੀ ਮੇਰਾ ਵੀਰ ਹੈ ਨਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਮੇਰਾ ਵੀਰ ਕਮੈਂਟ ਕਰਿਓ, ਤਾਂ ਜਿਹੜੇ ਮੇਰੇ ਵੀਰ ਨਵੇਂ ਆਏ ਆ ਆਪਣੇ ਚੈਨਲ 'ਤੇ ਤਾਂ ਚੈਨਲ ਨੂੰ ਕਰਿਓ ਸਬਸਕ੍ਰਾਈਬ, ਅਤੇ ਮੇਰਾ ਭਰਾ ਨਾ ਸਾਰੇ ਜਾਣੇ ਵੱਧ ਤੋਂ ਵੱਧ ਸਪੋਰਟ ਕਰੋ, ਜਿੱਦਾਂ ਸਪੋਰਟ ਤੁਹਾਡੀ ਬਹੁਤ ਵਧੀਆ ਸਪੋਰਟ ਹੋ ਰਹੀ ਆ, ਜਿੱਦਾਂ ਆਪਣਾ ਚੈਨਲ ਹੁਣ ਗਰੋਥ ਕਰ ਰਿਹਾ ਆ ਹੌਲੀ ਹੌਲੀ, ਅਤੇ ਸਾਰੇ ਭਰਾਵਾਂ ਦੀ ਸਪੋਰਟ ਦੇ ਨਾਲ ਹੀ ਆ, ਤਾਂ ਵੱਧ ਤੋਂ ਵੱਧ ਮੇਰਾ ਵੀਰ ਸਪੋਰਟ ਕਰੋ ਸਾਰੇ ਜਾਣੇ, ਤਾਂ ਆਪਾਂ ਹੋਰ ਤੁਹਾਡੇ ਲਈ ਵਧੀਆ ਵਧੀਆ ਵੀਡੀਓ ਹੋਰ ਲੈ ਕੇ ਆਵਾਂਗੇ। ਬਾਕੀ ਜੋ ਤੁਸੀਂ ਡਿਮਾਂਡ ਕਰੋਗੇ ਤਾਂ ਆਪਾਂ ਉਹਦੇ ਉੱਤੇ ਤੁਹਾਡੇ ਲਈ ਵੀਡੀਓ ਬਣਾਵਾਂਗੇ। ਚਲੋ ਠੀਕ ਹੈ ਮਿੱਤਰੋ।